ਇਹ ਕੋਈ ਨਸ਼ਾ ਤੇ ਕਹਿਣ ਡਿਆ ਜਿਹੜਾ ਸਾਡੇ ਨਾਲ ਡਿਬੇਟ ਕਰ ਲੇ ਜਾਂ ਨਸ਼ਾ ਕਹਿਣ ਵਾਲਾ ਮਹਾਂਮੂਰਖ ਹੋਊਗਾ, ਇਹ ਨਸ਼ਾ ਨੀਗਾ। ਵਿਪਰੋ ਮਾਰਫੀਨ ਜਿਹੜੀ ਦਿੱਤੀ ਜਾ ਰਹੀ ਆ ਉਹ ਸਾਡੇ ਨੌਜਵਾਨਾਂ ਇੰਨੇ ਨੇ ਗਿੱਟੇ ਰਹਿ ਗਏ ਆ, ਹੈਣੀਆਂ ਨੀਆਂ ਬਾਹਾਂ ਰਹਿ ਗਈਆਂ ਵਾ, ਨੌਜਵਾਨ ਮਰ ਗਏ ਆ ਕੰਮ ਜੋਗੇ ਹੈ ਨਹੀਂ। ਭਾਅ ਜੀ ਨਸ਼ਾ ਹੀ ਨੀਗਾ, ਸਾਡੇ ਨਾਲ ਡਿਬੇਟ ਕਰ ਲਓ, ਪੋਸਟ ਫੀਮ ਨੂੰ ਕੌਣ ਨਸ਼ਾ ਕਹਿੰਦਾ? ਇਸ ਸਾਰਾ ਮੈਡੀਕਲ ਸਟੋਰਾਂ ਦੇ ਵਿੱਚ ਅਤੇ ਦਵਾਈਆਂ 'ਚ ਕੀ ਆ ਰਿਹਾ, ਫੀਮ ਨਹੀਂ ਆ ਰਹੀ। ਅਸੀਂ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਹਾਂ ਜੀ, ਅਸੀਂ ਆਪਣੇ ਜਿਹੜੀਆਂ ਸਰਕਾਰਾਂ ਨੂੰ 8 ਸਾਲ ਹੋ ਗਏ ਆ ਅਸੀਂ ਰੌਲਾ ਪਾ ਰਹੇ ਹਾਂ। ਅੱਜ ਅਸੀਂ ਆਪਣੇ ਭਰਾ ਕਿਸਾਨ ਜਿਹੜੇ ਨਾਲ ਜਾਗਰਤ ਕਰਨ ਵਾਸਤੇ ਪਹੁੰਚੇ ਹਾਂ ਕਿ ਜੇ ਭਗਵੰਤ ਮਾਨ ਨੇ ਕਿਹਾ ਨਸ਼ੇ ਬੰਦ ਕਰ ਦੇਗਾ, ਬੰਦ ਨਹੀਂ ਹੋਏ, ਕੈਪਟਨ ਨੇ ਕਿਹਾ ਬੰਦ ਨਹੀਂ ਹੋਏ, ਜੇ ਸੁਖਬੀਰ ਬਾਦਲ ਜਾਂ ਕੋਈ ਵੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬੰਦ ਨਹੀਂ ਕਰ ਸਕਿਆ, ਅਸੀਂ ਰੌਲਾ ਪਾਉਣੇ ਹਾਂ ਕਿ ਜੇ ਇਹਨਾਂ ਨੂੰ ਬੰਦ ਕਰਨਾ ਵਾ ਪੋਸਟ ਫੀਮ ਦੀ ਸਾਡੇ ਨੌਜਵਾਨਾਂ ਨੂੰ ਥੰਮੀ ਦੇਣੀ ਪੈਣੀ ਆ, ਢਾਸਣਾ ਦੇਣਾ ਪੈਣਾ। ਇਹ ਜਿਹੜੇ ਮਾਰੂ ਨਸ਼ੇ ਜਿਹੜੇ ਚਿੱਟੇ ਵਰਗੇ ਸਿੰਥੈਟਿਕ ਨਸ਼ੇ ਆ ਉਹਨਾਂ ਨੂੰ ਬੰਦ ਕਰਨ ਵਾਸਤੇ ਸਰਕਾਰ ਜਿੰਨਾ ਚਿਰ ਪੋਸਟ ਦੇ ਠੇਕੇ ਨਹੀਂ ਖੋਲੂਗੇ, ਫੀਮ ਦੇ ਠੇਕੇ ਨਹੀਂ ਖੋਲੂਗੀ, ਉਹਨਾਂ ਚਿਰ ਇਹ ਨੌਜਵਾਨੀ ਉਹਨਾਂ ਚਿਰ ਨਹੀਂ ਮੌਤਾਂ ਰੁਕਣਗੀਆਂ। ਰੋਜ਼ ਦੀਆਂ ਕੋਈ ਟੈਗ ਦਾ ਬਹਾਨਾ ਮਾਰਦਾ ਕੋਈ ਕਿਤਰਾਂ, ਰੋਜ਼ ਦੀ 100-150 ਮੌਤ ਪੰਜਾਬ 'ਚ ਹੋ ਰਹੀ ਆ। ਇਹਨਾਂ ਨੂੰ ਬੰਦ ਕਰਨ ਲਈ ਠੇਕੇ ਖੋਲ੍ਹਣੇ ਜ਼ਰੂਰੀ ਆ। ਲੱਗਦਾ ਨਹੀਂ ਹੈ ਕਿ ਇਹਦਾ ਨਸ਼ਾ ਹੋਰ ਵੱਧ? ਭਾਅ ਜੀ ਨਸ਼ਾ ਹੀ ਨੀਗਾ, ਸਾਡੇ ਨਾਲ ਡਿਬੇਟ ਕਰ ਲਓ, ਪੋਸਟ ਫੀਮ ਨੂੰ ਕੌਣ ਨਸ਼ਾ ਕਹਿੰਦਾ? ਇਸ ਸਾਰਾ ਮੈਡੀਕਲ ਸਟੋਰਾਂ ਦੇ ਵਿੱਚ ਅਤੇ ਦਵਾਈਆਂ 'ਚ ਕੀ ਆ ਰਿਹਾ, ਫੀਮ ਨਹੀਂ ਆ ਰਹੀ। ਇਹਨੂੰ ਕਾਢ ਕੇ, ਇਹ ਸਾਡੀ ਹਰਬਲ ਬੂਟੀ ਆ, ਇਹ ਕੋਈ ਨਸ਼ਾ ਤੇ ਕਹਿਣ ਡਿਆ ਜਿਹੜਾ ਸਾਡੇ ਨਾਲ ਡਿਬੇਟ ਕਰ ਲੇ ਜਾਂ ਨਸ਼ਾ ਕਹਿਣ ਵਾਲਾ ਮਹਾਂਮੂਰਖ ਹੋਊਗਾ, ਇਹ ਨਸ਼ਾ ਨੀਗਾ। ਫੀ ਜੀਭ ਵਾਲੀ ਗੋਲੀ ਜਿਹੜੀ ਹਜ਼ਾਰਾਂ ਗੁਰਾਂ ਵਿਪਰੋ ਮਾਰਫੀਨ ਜਿਹੜੀ ਦਿੱਤੀ ਜਾ ਰਹੀ ਆ ਉਹ ਸਾਡੇ ਨੌਜਵਾਨਾਂ ਇੰਨੇ ਨੇ ਗਿੱਟੇ ਰਹਿ ਗਏ ਆ, ਹੈਣੀਆਂ ਨੀਆਂ ਬਾਹਾਂ ਰਹਿ ਗਈਆਂ ਵਾ, ਨੌਜਵਾਨ ਮਰ ਗਏ ਆ ਕੰਮ ਜੋਗੇ ਹੈ ਨਹੀਂ, ਬੱਚੇ ਉਹ ਨਹੀਂ ਪੈਦਾ ਕਰ ਸਕਦੇ। ਵਿਪਰੋ ਮਾਰਫੀਨ ਬੰਦ ਕਰਕੇ ਉਹ ਵਿਪਰੋ ਮਾਰਫੀਨ ਦੀ ਥਾਂ 'ਤੇ ਹਸਪਤਾਲਾਂ ਦੇ ਵਿੱਚ ਪੋਸਟ ਫੀਮ ਦਿੱਤੀ ਜਾਵੇ ਅਤਿ ਜ਼ਰੂਰੀ ਆ, ਨਹੀਂ ਤਾਂ ਬੋੜੀ ਮਰ ਗਈ, ਨੌਜਵਾਨੀ ਖਤਮ ਹੋ ਗਈ। ਇਹ ਜੇ ਸਰਕਾਰਾਂ ਕੁਰਸੀ ਦਾ ਚਾਹ ਬਹਿਣ 'ਤੇ ਇਹਨਾਂ ਨੂੰ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦਾ ਕੀ ਗੱਲ, ਇਹਨਾਂ ਦੇ ਪਿਓ ਨੇ ਸੋਚਣਾ ਨੌਜਵਾਨਾਂ ਲਈ, ਪੰਜਾਬ ਲਈ ਇਹਨਾਂ ਦੇ ਪਿਓ ਸੋਚਣਾ? ਅਸੀਂ 7 ਸਾਲ ਹੋ ਗਏ ਆ, ਧਰਮਵੀਰ ਗਾਂਧੀ ਉਹ ਕਮਲਾ ਥੋੜ੍ਹਾ ਵਾ ਹੋਰ ਡਾਕਟਰ ਜਿਹੜੇ ਆ ਉਹ ਕਹਿ ਰਹੇ ਆ ਅਸੀਂ ਮੰਗ ਕਰ ਰਹੇ ਹਾਂ ਬਲਕਾਰ ਸਿੰਘ ਚੋਹਲਾ, ਸਾਡੀ ਉੱਤਮ ਕਿਸਾਨ ਵੈਲਫੇਅਰ ਯੂਨੀਅਨ, ਹੋਰ ਜਿਹੇ ਜੁਨੀਆਂ ਅਸੀਂ ਰੌਲਾ ਪਾ ਰਹੇ ਹਾਂ, ਇਹਨਾਂ ਦੇ ਕੰਨ 'ਤੇ ਜੂ ਨਹੀਂ ਸਰਕ ਰਹੀ। ਅੱਜ ਅਸੀਂ ਆਪਦੇ ਜਿਹੜੇ ਭਰਾ ਵਾ ਉਹਨਾਂ ਨੂੰ ਕਹਿਣ ਵਾਸਤੇ ਕਿ ਸਿਰਾਂ ਦੀ ਗਿਣਤੀ ਵਧਾਓ ਅਤੇ ਸਾਡੇ ਨਾਲ ਜੁੜੋ, ਅਤੇ ਆਹ ਜਿਹੜਾ ਸਰਕਾਰਾਂ ਵਾ ਇਹਨਾਂ ਨੂੰ ਕਹਿ ਕੇ ਪੋਸਟ ਫੀਮ ਦੇ ਠੇਕੇ ਜਿਹੜੇ ਆ ਜਲਦੀ ਲੀਗਲ ਕੀਤੇ ਜਾਣ ਜਲਦੀ। ਅਸੀਂ ਉੱਤਮ ਵੈਲਫੇਅਰ ਨਾਲ ਸਾਰੇ ਜੁੜੇ ਹੋਏ ਹਾਂ, ਅਸੀਂ ਵੇਖੋ ਜਵਾਨੀ ਨਾ ਸਾਡੀ ਰਹੀ, ਪਾਣੀ ਨਾ ਰਿਹਾ ਤਾਂ ਅਸੀਂ ਕੀ ਕਰਾਂਗੇ? ਸਾਰਾ ਪੰਜਾਬ ਜਿਹੜਾ ਖਾਲੀ ਹੋ ਰਿਹਾ, ਜਿਨ੍ਹਾਂ ਮਾਵਾਂ ਦੇ 2-2 ਬੱਚੇ ਨੇ ਉਹ ਵੀ ਟੀਕਿਆਂ ਨਾਲ ਮਰ ਰਹੇ ਨੇ, ਅਤੇ ਜਿਹੜੇ ਡੋਡੇ ਖਾਣ ਵਾਲਾ ਜਾਂ ਫੀਮ ਨਾਲ ਕਦੀ ਕਿਸੇ ਦੀ ਡੈਥ ਨਹੀਂ ਹੋਈ। ਅਸੀਂ ਕਹਿੰਦੇ ਹਾਂ ਵੀ ਇਹ ਇੱਕ ਕੁਦਰਤੀ ਬੂਟੀ ਆ ਅਤੇ ਰੋਜ਼ ਮਾਵਾਂ ਦੇ ਵੈਣ ਪੈ ਰਹੇ ਨੇ, ਇਸ ਕਰਕੇ ਸਾਨੂੰ ਖਸਖਸ ਦੀ ਜਿਹੜੀ ਹੈ ਬੂਟੀ ਬੀਜਣੀ ਚਾਹੀਦੀ ਹੈ, ਗੌਰਮੈਂਟ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ, ਅਤੇ ਇਸ ਕਰਕੇ ਗਾਂ ਬੱਚਿਆਂ ਨੂੰ ਬਚਾਉਣ ਵਾਸਤੇ ਤੇ ਜ਼ਰੂਰੀ ਆ ਖਸਖਸ ਦੇ ਠੇਕੇ ਕੀਤੇ ਜਾਂਦੇ ਜ਼ਰੂਰੀ ਔਰ ਛੇਤੀ। ਜੇ ਪੰਜਾਬ ਸਰਕਾਰ ਭਗਵੰਤ ਮਾਨ ਉਹਦੀ ਬੁੱਧੀ ਸਹੀ ਹੋ ਜੇ ਸਾਨੂੰ ਉਹ ਫੀਮ ਪੋਸਟ ਦੇ ਠੇਕੇ ਚਾਹੇ ਖਸਖਸ ਦੀ ਖੇਤੀ ਇੱਥੇ ਲਾਗੂ ਕਰਨ ਦੇ ਸਾਰਿਆਂ ਨੂੰ, ਕਿਸੇ ਨੂੰ ਕਨਾਲ ਕਨਾਲ 6-6 ਮਰਲੇ ਬੀਜਣ ਨੂੰ ਦੇ ਤਾਂ ਲੋਕ ਬਹੁਤ ਸੁਖੀ ਹੋ ਜਾਣਗੇ। ਹੁਣ ਤੁਸੀਂ ਕਹੋਗੇ ਸੁਖੀ ਕਿਵੇਂ ਹੋ ਜਾਣਗੇ ਜਿਹੜੇ ਨਿੱਤ ਸ਼ਰਾਬ ਪੀ ਕੇ ਲੜਦੇ ਆ, ਜੇ ਉਹਨਾਂ ਨੂੰ ਕੋਈ ਰਵਾਇਤੀ ਨਸ਼ਾ ਮਿਲੂਗਾ ਉਹ ਇੱਧਰ ਨੂੰ ਆ ਜਾਣਗੇ, ਲੜਾਈਆਂ ਖਤਮ ਹੋ ਜਾਣਗੀਆਂ। ਹਸਪਤਾਲਾਂ 'ਚ ਕਿੰਨੇ ਰੋਗੀ ਪਏ ਆ, ਸਾਰੀਆਂ ਦਵਾਈਆਂ 'ਚ ਫੀਮ ਪੈਂਦੀ ਹੈਗੀ ਆ, ਅਤੇ ਉਹ ਜੇ ਬੰਦਾ ਕੋਈ ਬਿਮਾਰ ਆ ਕਿਸੇ ਦਾ ਸਿਰ ਦੁਖਦਾ ਚਾਹੇ ਲੱਕ ਦੁਖਦਾ ਉਹ ਥੋੜ੍ਹੀ ਜਿਹੀ ਖਾ ਲਊਗਾ ਤਾਂ ਉਹਦਾ ਵੀ ਜੋ ਦਰਦ ਆ ਪੇਨ ਆ ਉਹ ਖਤਮ ਹੋ ਜੂਗੀ, ਉਹ ਵੀ ਬਿਮਾਰੀ ਤੋਂ ਬਚੂਗਾ ਜੀ।